लो जी, जय श्री शंकर, जय श्री राम। मुंडे आज फिर दोबारा तैयार हो गए, कोई बैठ चुके ने ते अलग लोकेशन दी तैयारी हो गई है जी। पूरा प्लान बना लव ने पूरा प्लान बनाया जी। तो 6-7 किलोमीटर उस तो बाद फिर 25 किलोमीटर राजन रेडी शेडी हो गया। सवेरे 6 बजे दा नाता है जी। ਰਾਤੀ ਵੀ ਨਾ ਬੈਠਾ ਸੀ ਇੱਥੇ 11 ਵਜੇ, ਕਹਿੰਦਾ ਮੈਂ ਹੁਣ ਨਹੀਂ ਜਾਣਾ। ਪਿੱਛੇ ਪੂਰਾ ਚਿੱਲ ਕੀਤਾ ਪਿਛਲਾ ਜੇ, ਇੱਕ ਜ਼ੂਮ ਕਰੋ ਭਾਜੀ ਉੱਤੇ, ਇਹ ਵੀ 11 ਵਜੇ ਨਾ ਬੈਠਾ ਸਾਰੀ ਰਾਤ। ਇਹ ਪੂਰਾ 7 ਵਜੇ ਦੇ ਆ ਕੇ ਸੁੱਤੇ ਤੇ ਸਵੇਰੇ ਉੱਠਣ 11 ਵਜੇ ਪੂਰਾ ਚਿੱਲ ਕੀਤਾ। ਇਹਨਾਂ ਨੂੰ ਕੋਈ ਨਹੀਂ ਪਤਾ ਰੋਟੀ ਖਾਣੀ, ਅਸੀਂ ਪਾਣੀ ਉੱਠ ਕੇ ਪੀਣਾ ਕਿ ਨਹੀਂ। ਰੋਟੀ ਵੀ ਨਹੀਂ ਖਾਧੀ ਜਦੋਂ ਤੇ ਆਏ ਆ? ਨਹੀਂ, ਅਸੀਂ ਤੇ ਟਿੱਕੀਆਂ ਸ਼ਿਕੀਆਂ ਖਾ ਚੁੱਕੇ ਸੀ। ਰੋਟੀ ਕਬਾਬ ਜੇ ਸੀ, ਵੈਜ ਕਬਾਬ ਖਾਵਾਂਗੇ। ਮਨੀ ਦੱਸਣ ਲਈ ਕੀ ਵੈਰਾਇਟੀ ਜੀ ਹੋਏ? ਬਿਰਿਆਨੀ ਕਹਿੰਦਾ, ਵੈਜ ਬਿਰਿਆਨੀ ਖਾ ਲਾਂਗੇ ਬਈ। ਓਕੇ ਰਿਪੋਰਟ। ਬਾਕੀ ਔਕਾ ਆ ਗਿਆ ਸਾਡਾ ਪ੍ਰੀਗ ਹੈ। ਖਤਰਨਾਕ ਕਿਵੇਂ ਦੀ ਵੀਰ? ਓਕੇ, ਸਾਡਾ ਜਿਮਨਾਸਟਿਕ ਬੋਏ ਇਧਰ ਲੱਗੇ ਨੇ ਜੀ ਖਾਣ ਵੈਜ ਬਿਰਿਆਨੀ ਨਾਲ ਚਾਰੀਏ ਕੋਕ ਪੈਪਸੀ। ਫੁੱਲ ਇੰਜੋਏ ਕਰ ਰਹੇ ਨੇ ਮੁੰਡੇ। ਇਹ ਵਿਲਾ ਹੈ ਜੀ ਆਪਣਾ, ਵਿਲਾ ਇੱਧਰ ਆਪਣਾ ਹੁੱਕਾ ਪਿਆ ਚੱਲ ਰਿਹਾ ਹੁੱਕਾ। ਕਾਕਾ ਜੀ ਤਿਆਰ ਸ਼ਿਆਰ ਹੋ ਗਏ ਨੇ, ਲਾਕੋਸਟਾ ਦੀ ਸ਼ਰਟ ਪਾਈ, ਟੀ ਸ਼ਰਟ ਜੰਜੀਰ ਵਾਲੀ ਵਾਈਟ ਕਲਰ ਦੀ ਨਵੀਂ ਲਿਆਏ ਨੇ ਭਾਅ ਜੀ, ਨਵੇਂ ਕੱਪੜੇ ਪਾਉਂਦੇ ਨੇ ਟੋਰਾਂ ਦੇ ਯੋਗੀਆਂ ਨੂੰ। ਇੰਜੋਏ ਕਰ ਰਹੇ ਨੇ ਜੀ ਫੁੱਲ ਕੈਮ ਆ ਵੀਰ, ਵੈਜ ਬਿਰਿਆਨੀ ਨਾਲੇ ਖਾ ਕੇ ਫਿਰ ਦੱਸਣੇ ਆ ਕਿੱਦਾਂ ਦੀ ਰਿਪੋਰਟ ਆ। ਲੈ ਜੀ ਫੋਟੋਆਂ ਕਰਾ ਲਈਆਂ ਨੇ ਹੋਰ ਵੀਰ। ਹੈਲੋ ਕਰ ਦੋ ਭਈਆ, ਮੈਂ ਵਲੋਗ ਬਣਾਤਾ ਹੂੰ ਛੋਟਾ ਸਾਈਜ਼ ਦਾ। ਵਿੱਕੀ ਨਾਮ ਹੈ ਭਾਈ ਕਾ, ਇਹ ਆਪਣਾ ਜੋ ਵੀ ਹੈ ਸਿਸਟਮ ਸਾਰਾ ਭਾਈ ਕੇ ਹੱਥ ਮੈਂ ਇਸਕਾ। ਓਕੇ ਰਿਪੋਰਟ ਆਏ ਭਾਈ ਕਾ, ਥੈਂਕ ਯੂ ਵਿੱਕੀ ਬ੍ਰੋ। ਓਕੇ ਸਰ, ਹਾਂਜੀ ਫੋਟੋਆਂ ਕਰਤੀਆਂ ਨੇ ਮੁੰਡੇ ਨੇ। ਓਕੇ ਰਿਪੋਰਟ ਸਾਰੇ ਹੋਟਲ ਦਾ ਵਿੱਕੀ ਦਾ ਸੀ। ਵਿੱਕੀ ਜੀ, ਵਿੱਕੀ ਦਾ ਨੰਬਰ ਆ ਗਿਆ ਆਪਣੇ ਕੋਲ, ਜਿਹਨੂੰ ਵੀ ਕਦੇ ਵੀ ਆਉਣਾ ਹੋਏ ਰਿਸ਼ੀਕੇਸ਼ ਰੂਮ ਲੈਣਾ ਹੋਏ, ਵਧੀਆ ਰੂਮ ਹੈ ਜੀ, ਵਧੀਆ। ਸਮਾਈਲ ਕਰ ਰਹੇ ਜਿਹੜੇ ਚਲੋ ਬਾਈ ਨਿਕਲਤੇ ਹੈ। ਓਕੇ ਬ੍ਰੋ, ਯੇ ਬ੍ਰੋ, ਠੀਕ ਹੈ ਬਾਈ। ਓਕੇ ਸਰ, ਥੈਂਕ ਯੂ। ਹਮਾਰਾ ਟਾਈਮ ਅੱਛਾ ਨਿਕਲਾ, ਯਹਾਂ ਪੇ ਬਹੁਤ ਬੜੀਆ ਟਾਈਮ ਨਿਕਲਾ ਇਸ ਹੋਟਲ ਮੇ। ਅਬ ਘੁੰਮ ਫਿਰ ਕੇ ਦੁਬਾਰਾ ਫਿਰ ਆਏਂਗੇ ਯਹਾਂ ਪੇ। ਇਹ ਦੇਖੋ ਜੀ, ਰੋਜ਼ਸ, ਗੁਲਾਬ ਕੇ ਫੁੱਲ, ਇੰਜੋਇਮੈਂਟ ਫੁੱਲ ਕੀਤਾ ਹੈ ਜੀ। ਇਹ ਦੇਖੋ ਜੀ, ਕਾਕਾ ਜੀ ਬੜਾ ਨਜ਼ਾਰੇਦਾਰ ਕਮਰੇ ਆ ਜੀ। ਓਕੇ ਰਿਪੋਰਟ। ਇੰਜੋਏ ਹੋਇਆ ਜੀ ਫੁੱਲ, ਜਿਹਨੂੰ ਆਖੀ ਦਾ ਨਜ਼ਾਰੇਦਾਰ ਕੰਮ ਹੈ। ਸਾਡਾ ਰਾਜਨ ਹੈ ਜੀ ਵੀਰ ਤੇ, ਠੀਕ ਠਾਕ ਜੋ, ਕੀ ਹਾਲ ਜੋ, ਵਧੀਆ ਜੋ, ਕੀ ਹਾਲ ਚਾਲ ਦੋਸਤੋ, ਠੀਕ ਆ ਜੀ। ਆ ਜੀ ਗੱਡੀ ਰੈਡੀ ਹੋ ਰਹੀ ਹੈ, ਰੱਖ ਲਿਓ ਕੱਚੇ ਕੁੱਛੇ ਦੇ ਸਾਰੇ ਚਰੀਆ। ਇਹ ਵੀਰ ਤੇ ਓਕੇ ਲੱਗਦਾ, ਜਦੋਂ ਵੀ ਲੱਗਦਾ ਸੋਹਣਾ ਵੀਰ ਹੈ ਜੀ। ਬਾਈਕ ਹੈ ਜੀ, ਚਲੋ ਕਰੋ ਤਿਆਰੀ। ਨਿਕਲਾ ਸ਼ਿਕਰਾਂ ਚ ਮੁੰਡੇ ਜਾ ਰਹੇ ਨੇ ਕਿੱਥੇ, ਹੋਰਨ ਠੀਕ ਕਰਾਉਣਾ ਬਸ, ਹੋਰਨ ਚੱਲ ਰਿਹਾ ਜੀ ਗੱਡੀ ਦਾ, ਹੋਰਨ ਠੀਕ ਕਰਾ ਕੇ। ਇਹਦੀ ਨੀਂਦ ਨਹੀਂ ਉਤਰੀ ਅੱਜ ਤੱਕ, ਆਪਣੀ ਉਤਰ ਗਈ। ਕੀ ਉਤਰ ਗਈ ਨੀਂਦ? ਮੈਂ ਸਪਾਟੇ ਮਾਰਨਾ, ਹੋਰਨ ਕਰ ਦਿਓ ਠੀਕ, ਫਿਰ ਜਾਈਏ ਅਸੀਂ ਵੀ ਨੀਲ ਗੰਗਾ, ਹੋਰਨ ਠੀਕ ਕਰਵਾ ਕੇ। ਓਕੇ ਸ਼ੋਕੇ, ਭਾਅ ਜੀ ਨੂੰ ਏਅਰਪੋਰਟ 'ਤੇ ਲਾਉਣਾ, ਰੈਡੀ ਨੇ ਭਾਅ ਜੀ ਕੈਨੇਡਾ ਦੀ ਫਲੈਟ ਚੜ੍ਹਨ ਵਾਸਤੇ।
ਗੱਡੀ ਤਿਆਰ ਹੋ ਰਹੀ ਹੈ, ਗੱਡੀ ਦੇ ਦਿੱਲੀ ਜਾਣਾ। ਸਿਲੰਡਰ ਪਵਾ ਰਹੇ ਇਹਦੇ ਚ, ਆਈ ਜਾਣੀ ਕੈਨੇਡਾ ਸਿੱਧਾ, ਕੈਨੇਡਾ ਜਾਏਗੀ। ਇਹ ਵੀਰ ਕਰ ਰਿਹਾ ਹੋਰਨ ਠੀਕ ਸਾਡੇ, ਦੇਖਦੇ ਆ ਬਿਲਕੁਲ। ਆਹੋ ਕੈਮਰੇ ਸਾਹਮਣੇ ਤੇ ਹੁੰਦਾ ਹੀ ਸਭ ਦਾ, ਇਹ ਜਰੂਰ ਹੱਸਿਆ, ਇਹਨੂੰ ਪਤਾ ਲੱਗ ਗਿਆ ਸੱਚ ਬੋਲਿਆ। ਅੱਗੇ ਆਪਾਂ ਵੀ ਘੱਟ ਨੀ ਗਏ ਤੋਂ ਸੜਨ ਦੇ ਮਾਮਲੇ ਚ, ਬੜਾ ਸੜਨੇ ਆਪਾਂ ਵੀ, ਇਹਦੇ ਨਾਲ ਘੱਟ, ਇਹਦੇ ਨਾਲ ਘੱਟ ਕੋਲਾ ਜੀ, ਇਹ ਪਾਣੀ ਬੜਾ ਪੀ ਰਿਹਾ ਜੀ, ਇਹਨੂੰ ਕਿਵੇਂ ਪਤਾ ਪਾਣੀ ਕਿਉਂ ਪੀ ਰਿਹਾ। ਗੱਡੀ ਠੀਕ ਕਰ ਰਹੇ ਨੇ, ਗੱਡੀ ਠੀਕ ਕੀਤੀ ਜਾ ਰਹੀ ਹੈ, ਹੋਰ ਦੇਖਦੇ ਹਾਂ ਸੈੱਟ ਹੋ ਜਾਣਗੇ ਫਿਰ ਵਜਾ ਕੇ ਵਿਖਾਵਾਂਗੇ ਤੁਹਾਨੂੰ। ਬਾਕੀ ਓਕੇ ਆ ਗੱਡੀ, ਕੋਈ ਦਿੱਕਤ ਨਹੀਂ, ਪਰੇਸ਼ਾਨੀ ਨਹੀਂ। ਹਾਂ ਭਾਜੀ ਬਾਕੀ ਸਹੀ ਆ, ਹੋਰਨ ਦਾ ਰਹਿ ਗਿਆ ਜੀ, ਹੋਰਨ ਨਵੇਂ ਲੱਗਣ ਵਾਲੇ ਨੇ ਵੈਸੇ ਵੀ, ਇਹ ਰਿਪੇਅਰ ਮੰਗਦੇ ਪਏ ਨੇ, ਰਿਪੇਅਰ ਮੰਗ ਰਹੇ ਨੇ, ਤੇ ਇਸ ਤੋਂ ਬਾਅਦ ਵਿੰਨੇ ਆ ਨਾ, ਜਵਾਬ ਆ ਜਦ ਉਹ ਨਹੀਂ ਚੱਲੇ ਵਿੰਨੇ ਆ ਬਈ। ਲੋ ਜੀ ਜਾਮ ਹੈਗਾ ਜੀ ਉੱਤੇ। ਹਾਂਜੀ ਭਾਜੀ ਕਿੱਥੇ ਜਾ ਰਹੇ ਆ? ਨੀਰਫੁੱਲ ਜਾ ਰਹੇ ਆ ਭਾਜੀ। ਅੱਛਾ ਜੀ, ਨੀਲ ਗੰਗਾ ਜਾ ਰਹੇ ਆ ਜੀ। ਹਾਂਜੀ ਹਾਂਜੀ, ਗੰਗਾ ਗੰਗਾ ਦਾ ਹੀ ਗੰਗਾ ਹੈ ਜੀ, ਭਾਜੀ ਤੁਸੀਂ ਕਹਿਣਾ ਵਾਟਰਫੋਲ ਹੈ ਲੋਕਾਂ ਦਾ, ਨੀਰਫੁੱਲ ਸਿਸਟਮ ਹੈ ਨੀਰਫੁੱਲ। ਹਾਂਜੀ ਹਾਂਜੀ, ਮੈਂ ਕਿਹਾ ਵਾਟਰਫੁੱਲ ਆਵਾਂਗੇ ਤੁਹਾਨੂੰ ਓਕੇ ਸਾਰੇ ਤਰੀਕੇ ਨਾਲ ਵਾਟਰ ਮੈਕਸ। ਵਰੁਣ ਭਾਜੀ ਦੱਸਣਗੇ ਬਾਕੀ, ਬਾਕੀ ਭਾਜੀ ਮਾੜਾ ਜਿਹਾ ਪਿੱਛੇ ਵੇਖਿਓ, ਮਾੜਾ ਜਿਹਾ ਸੋਹਣੇ ਆ ਰਹੇ ਹੋ ਇਹ, ਸੋਹਣੇ ਤੇ ਯਾਰ ਭਾਜੀ ਜੰਮੇ ਹੀ ਸੋਹਣੇ ਨੇ, ਤੁਸੀਂ ਹੁਣ ਜ਼ਿਆਦਾ ਡਾ ਰਹੇ ਹੋ। ਅੱਛਾ, ਹੁਣ ਅੱਗੇ ਜਾ ਕੇ ਮਾੜੀ ਚੜ੍ਹਾਈ ਹੈਗੀ ਹੈ ਜੀ, ਖਿੱਚ ਦੋ ਜੀ ਮਾੜਾ ਜਿਹਾ। ਹਾਏ ਹਾਏ ਹਾਏ, ਇਹ ਸਵਾਦ ਲੈਣਾ ਸੀ ਤਾਂ ਪਹਾੜਾਂ ਤੇ ਆਏ ਆ, ਖਿੱਚ ਗਏ ਗੱਡੀ ਮੇ ਅੱਗੇ ਤਾਂ ਕੀ ਵਿਊ ਆਣੇ ਨੇ ਵੇਖੋ ਜੀ, ਹੋਏ ਹੋਏ ਉੱਤੇ ਪਹਾੜ ਹੋਏ, ਅਸੀਂ ਤਾਂ ਪਾਗਲ ਆ ਜੀ, ਭਾਜੀ ਪਾਗਲ ਨੇ ਨਿੱਕਰ, ਹੋਏ ਹੋਏ ਰਾਹ ਵੇਖੋ ਜੀ, ਹੋਏ 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 ਵੇਖੋ ਜੀ, ਵੇਖੋ ਰਾਹ ਭਾਈ ਸਾਹਿਬ ਕੀ ਰੋਡ ਆਉਂਦੇ ਆ ਸਾਡਾ, ਮੇਨ ਬੰਦਾ ਡਰਾਈਵਿੰਗ ਕਰ ਰਿਹਾ, ਪਰਚੀ ਕੱਟਣਗੇ ਇੱਥੇ। ਹਾਂਜੀ ਆਪਾਂ ਪਰਚੀ ਨਾ ਦਈਏ ਤੇ ਦੇਣੀ ਉਹਨਾਂ ਨੇ, ਤੂੰ ਲੈਣੀ ਪਰਚੀ ਵੇਨੇ ਜੀ, ਕੀ ਕਹਿੰਦੇ ਨੇ ਬਾਕੀ ਭਾਜੀ ਥੋੜਾ? ਹਾਂ ਹਾਂ ਜੀ ਕੋਈ ਨੀ, ਇਹ ਬਹੁਤ ਹਾਰਡ ਵਰਕ ਕਰ ਰਹੇ ਨੇ, ਪਰਚੀ ਕੱਟਣੀ ਆ ਸਰਟੀਫਿਕੇਟ ਵਾਟਰਫਾਲ ਦੀ ਤਾਂ ਯਹਾਂ ਸੇ ਮਿਲੇਗੀ ਤੁਹਾਨੂੰ ਸੇ, ਕਿਆ ਲਗਾਓ ਪਹਿਲੇ ਗਾੜੀ ਆਪ। ਕਿਤਨੇ ਰੁਪਏ ਜੀ? ਕਿਤਨੇ ਕਿਤਨੇ ਰੁਪਏ? 30 ਰੁਪਏ ਇੱਕ ਆਦਮੀ ਕੇ, 30 ਰੁਪਏ ਕਾ ਆਦਮੀ ਕੇ, ਜੋ ਨਹੀਂ ਨਾ ਆਏਗਾ। ਚੋਕਲੇਟ ਗਈ ਆ ਜਿੰਦਰ, ਸਾਰੀ ਤੋਂ ਇਸਮਾਇਲਾਬਾਦ ਦੇ ਨੇ, ਇਸਮਾਇਲਾਬਾਦ ਦੇ, ਇਸਮਾਇਲਾਬਾਦ ਹੈ ਭਾਈ ਜੀ, ਇਸਮਾਇਲਾਬਾਦ। ਸਰ ਇਹ ਹੈ ਨੀਲ ਗੰਗਾ ਕੇ ਯਹਾਂ ਸੇ ਟਿਕਟ ਮਿਲੇਗੀ, ਪਰਚੀ ਮਿਲੇਗੀ, ਤੋ ਇਸਕੇ ਬਾਅਦ ਹਮ ਉੱਪਰ ਜਾ ਸਕਤੇ ਹੈਂ, ਤੋ ਭਾਰਤੀਯ ਵਿਅਸਕ ਕੇ ਲੀਏ 30 ਰੁਪਏ, ਭਾਰਤੀਯ ਵਿਦਿਆਰਥੀ 20, ਵਿਦਿਆਰਥੀ ਆਪਾਂ ਬੱਚੇ, ਵਿਦੇਸ਼ੀ ਵਿਦੇਸ਼ੀਆਂ ਦੀ ਪ੍ਰਤੀ ਵਿਅਕਤੀ ਪ੍ਰਵੇਸ਼ 50, ਵਿਦੇਸ਼ੀ ਨਾਗਰਿਕ 50 ਰੁਪਏ ਵੇਖ, ਆਪਾਂ ਵਿਦੇਸ਼ੀ ਨਾਗਰਿਕ ਆ ਨਾ। ਇਹ ਸਾਰੇ ਟਿਕਟ ਲੈਂਗੇ ਭਈਆ ਜੀ, ਇਸਕੇ ਬਾਅਦ ਜਾਏਂਗੇ ਉੱਪਰ, ਉਸ ਤੋਂ ਬਾਅਦ 1 ਕਿਲੋਮੀਟਰ ਹੋਰ ਲੈ ਗਏ, 5000 ਰੁਪਇਆ ਦੇ ਜਾਣਾ ਆਈ ਪੇ, ਨਹੀਂ ਜਮ੍ਹਾਂ ਕਰਵਾ ਦਿੱਤੇ 5000, ਉਮਰ ਪਾਣ ਤੋਂ ਕਰਨਾ ਫਿਰ ਕਰਤੇ ਫਿਰ ਉਮਰ, ਓਏ ਆਈਡੀ ਵਿੱਚ ਹੀ ਹੈਗਾ ਕੋਈ, ਟਿਕਟ ਕੱਟ ਰਹੇ ਆਂਦਾ ਇਹ ਬਾਈ, ਟਿਕਟ ਲੈਣ ਜਾ ਰਿਹਾ ਹਮ ਜੀ, ਸਟੂਡੈਂਟ ਸਟੂਡੈਂਟ ਆਪਾਂ ਭਾਜੀ, ਸਟੂਡੈਂਟ ਵਾਲੀ ਲੋੜ ਹੀ ਨਹੀਂ, 10 ਰੁਪਏ ਪਿੱਛੇ ਨਾਈਸ, ਫੋਰਨਰ ਵਾਲੀ ਲਓ ਤੁਸੀਂ, ਦੇਖ ਲਓ ਜੀ ਸਾਰੇ ਚੈੱਕ ਕਰ ਲਓ, ਇੰਡੀਅਨ ਅਡਲਟ, ਇੰਡੀਅਨ ਸਟੂਡੈਂਟ, ਇੰਡੀਅਨ ਚਾਈਲਡ, ਫੋਰਨਰ, ਲਓ ਜੀ ਵਿਖਾਣਾ ਜੀ, ਅੰਕੁਸ਼ ਸ਼ਰਮਾ ਹਰਿਆਣਾ, ਹਰਿਆਣਾ ਸੇ ਹੈ ਜੀ, 30 ਰੁਪਏ ਆਗ ਲਗਾ ਦੇਣਗੇ ਜੀ, ਫੋਟੋ ਖੋਲ, ਠੀਕ ਹੈ ਜੀ, ਖੁਸ਼ ਹੋ ਜੀ, ਹਾਂਜੀ ਸਰ, ਟੌਪ ਜਾ ਰਹੇ ਹਾਂ ਜੀ,
गाड़ी में बंदे बैठे हुए हैं हमारे, ये भाई लोग सब लोग जा रहे हैं यार, कोई बाइक पे जा रहा है, कोई स्कूटी पे जा रहा है, एक्टिवा मिल जाती है यहाँ पे, और पीछे वाला रोड भी है जी, और ये गाड़ी पे ये बंदे बैठे हुए हैं जी। लवी ले ली पर्ची, चलो चलते हैं ठीक है सर, जाके दिखाते हैं हम उसके बाद। अरे तोड़ देने होने हैं, सानू भी पर्चे देने लग गए ते लैन लग गए ते गल नहीं बनी वैसे। ओए होए होए, मैं कहना जी सर चप्पल पा लैंदा जी, मैं कहना बाहर निकल जी थोड़ा जा, पर नहीं ऋषिकेश जान दे वाटरफॉल सारा रोड ही इवें दा, मैं कहना फुटा फुटा अरे अंकश वीर जी की कहना चाह रहे हो भाई, वधिया ऊपर हम जा गए, रोड तो कोई दिक्कत नहीं है टूटे ने, लेकिन आगे वधिया आना चाहिए जिसे जा रहे हैं। हां जी ऑफ रोड है, कोई गल नहीं देखेंगे तो फिर भूल जाएंगे सारा। हां जी हां जी ठीक है ना सर, कोई दुख तोड़ हो जाएगा पता लगेगा उनकी सिस्टम है। अबे आया जी हां गड्डी कल लगे, हां कोई नहीं 2 लाख रुपए बैंक जमा करा दे फिर बैंक भूल जी केड़ा। ओए होए ओ तो 2-3 लाख पाजे मैंने उतार दो, इतने लाखों की गल्लां होन लग गया ने। एक और ज्ञान मिले जी, है पत्थर वाला वीर 10-15 रुपए दे बाबे चले पहाड़ा च जाम च फस चुके हैं भाई सुन रहा, बढ़िया बढ़िया गाने भाई, बढ़िया गाने चल रहे भाई पहाड़ा च, बस आई गल होंदी है कि जाम लग जांदा है। चलो कदी उपर चले जाएंगे भाई, क्या कहने पे लोग, तो मैं कहना भाजी आई आ जड़े एक्शन करना पेना, तो बहुत बढ़िया बहुत बढ़िया भाई। ਇਹ ਭਾਜੀ ਵਿਊ ਚੈੱਕ ਕਰੋ, ਆਪਾਂ ਹਨੇਰੇ ਚ ਰਹਿ ਗਏ ਸਾ ਉਧਰ, ਇਧਰ ਵੇਖੋ ਇਧਰ, ਆਹ ਇਹ ਸਾਡੇ ਸਾਰੇ ਵੀਰ ਭਰਾ ਨੇ, ਨਜ਼ਾਰੇ ਤੇ ਇੱਥੇ ਨੇ, ਇਹ ਸਾਡੇ ਵੀਰ ਭਰਾ, ਆਹ ਚੈੱਕ ਕਰੋ ਭਾਈ ਜੀ, ਆਹ ਥੱਲੇ ਕੀ ਸੜਕ ਵਿਖਾਈ ਜਾਵਾਂ, ਪੁਰਾਣੇ ਤੁਹਾਡੇ ਆਪਣੇ ਪਿਆਰੇ ਭਰਾ ਨੇ ਸਾਰੇ, ਉਹ ਕੋਈ ਚੈੱਕ ਕਰੋ ਜੀ ਚੈੱਕ ਕਰੋ, ਸਵਾਦ ਲਓ ਸਵਾਦ ਭਾਈ ਜੀ, ਨੂੰ ਨੂੰ वरुण पाजी ने ए बाजी मॉडलिंग पैर धरता इन्होंने, हौली हौली पूरा शरीर धर देने उत्ते उत्ते जाई जाने जिथे सारा मिलन दिया बिना रात पूछे पता लगे केदारनाथ निकल गया सीधा, केदारनाथ देखो जी गंगा जी थले व्यू चेक करो सारे भरा, इतना जिसे आप जानने अगे और जानकारी सी पुलिस तां करके आ गया अंकुश भाजी की कोई ना भी करता अंकल, कोई गल नहीं पहाड़ी इलाके खड़े अंकल जिवें हैंडल हुंडल ते वैसा लगना पैंदा
ਵੇਖਿਆ ਜ਼ਰੂਰ ਮੈਂ ਤਾਂ ਹੀ ਵਲੌਗ ਬਣਾਉਣ ਦਿਆ ਵੇਖ ਲਓ ਜੀ ਸਾਰੇ ਭਰਾ ਸਪੋਰਟ ਆ ਵੇਖ ਸਕਦੇ ਪੂਰੀ ਗੋਡਾ ਦਾ ਰਿਹਾ ਕਮਾਤੀ ਜਿੰਨੂੰ ਕਹਿੰਦੇ ਨੇ ਅਗਲੀ ਵਾਰ ਆਪਾਂ YouTube ਦੀ ਇਨਕਮ ਤੋਂ ਘੁੰਮਣਾ ਤਾਂ ਹੀ ਤੇ ਭਾਜੀ ਆ ਨਿੱਕਰ ਪਾਈ ਕਹਿੰਦੇ ਗੋਡੇ ਦਾ ਰ ਕੇ ਗੱਡੀ ਘੁਮਾਣੀ ਹੈ ਪਹਾੜਾਂ 'ਚ ਦੱਸ ਇਹਨਾਂ ਨੂੰ ਅਗਲੀ ਵਾਰ YouTube ਦੀ ਇਨਕਮ ਤੋਂ ਘੁੰਮਣਾ ਆਵਾਂਗੇ ਇੰਨੀ ਸਪੋਰਟ ਕਰ ਦਿਓ ਸਾਰੇ ਹਾਂ ਇੱਕ ਵਲੌਗ ਨੂੰ ਤਿੰਨ ਤਿੰਨ ਵਾਰ ਵੇਖੋ ਪਰ ਵੇਖੋ ਹੀ ਭਾਵੇਂ ਆਪਾਂ ਨਹੀਂ ਮਿਲਦੇ ਆਪਾਂ ਤੁਹਾਨੂੰ ਵਿਖਾਉਣ ਵਾਸਤੇ ਜੀ ਖਰਚਾ ਕਰਨੇ ਆ ਕਿ ਭਰਾ ਸਾਡੇ ਘਰ ਬਹਿ ਕੇ ਜਿਹੜੇ ਵੀਰ ਬਾਹਰ ਨੇ ਆਨੰਦ ਲੈ ਸਕਣ ਅੰਦਰ ਅਗਲੀ ਵਾਰ ਖੁਦ ਵੀ ਆਣ ਤੇ ਸਾਨੂੰ ਦੱਸਣ ਮਜ਼ਾ ਆਏਗਾ ਕਿ ਜਿਹੜੇ ਵੀਰ ਘਰ ਬਹਿ ਕੇ ਬਾਹਰ ਜਿਹੜੇ ਘਰ ਬਹਿੰਦੇ ਨੇ ਜਿਨ੍ਹਾਂ ਨੂੰ ਵਿਚਾਰੇ ਮਜਬੂਰੀਆਂ ਹੁੰਦੀਆਂ ਨੇ ਨਿਕਲ ਸਕਦੀ ਬਿਲਕੁਲ ਉਹ ਭਰਾ ਕੋਲ ਟਾਈਮ ਨਹੀਂ ਹੈਗਾ ਟਾਈਮ ਨਹੀਂ ਹੈਗਾ ਵੇਖ ਕੇ ਵੀ ਵਧੀਆ ਫੀਲਿੰਗ ਆਉਂਦੀ ਹੈ ਹਾਂ ਬਈ ਕੀ ਕੀ ਖੁਸ਼ ਹੁੰਦੇ ਰਹਿਣਾ ਭਰਾ ਹਾਂਜੀ ਹਾਂਜੀ ਜਿਵੇਂ ਆਪਾਂ ਹੁੰਦੇ ਹਾਂ ਸਾਡੀ ਜਿਹੜੇ ਵੀਰ 8-8 ਸਾਲ ਤੋਂ ਬਾਹਰ ਗਏ ਹੋਏ ਨੇ ਆਦੀ ਵਜ੍ਹਾ ਤੋਂ ਪਾਇਆ ਥੈਂਕ ਯੂ ਬ੍ਰੋ ਥੈਂਕ ਯੂ ਜੀ ਥੈਂਕ ਯੂ ਬ੍ਰਦਰ ਥੈਂਕ ਯੂ ਜੀ ਚੁੱਕ ਲਿਆ ਵੀਰ मामा जी मैं कहना यूएस ऐसी ब्लॉग वेख रहे अंकल पाजी बिलकुल तरह वधिया तरह गड्डी सीख ली है चढ़ाई वेख के उतो राह जी पता नहीं की खड़काएगा जज दे ਲਵੀਰ ਤੂੰ ਫੜ ਲੈ ਫੋਨ ਤੂੰ ਬੋਲ ਲੈ ਮੈਂ ਰਹਿਣ ਦੇਣਾ ਜੀ ਮੈਂ ਵਲੋਗ ਬੋਲਣਾ ਰਹਿਣ ਦੇਣਾ ਤੁਸੀਂ ਕਿਆ ਬਾਤ ਸਾਰੇ ਭੈਣ ਭਰਾ ਵਲੋਗ ਵੇਖੋ ਸ਼ੇਅਰ ਕਰੋ ਨੀਲ ਗੰਗਾ ਇਹ ਜੀ ਝਰਨੇ ਇਹੋ ਜਿਹੇ ਨੇ ਨੀਲ ਗੰਗਾ ਓਕੇ ਇਹੋ ਜਿਹਾ ਸਿਸਟਮ ਦੇਖੋ ਜੀ ਇੱਕ ਵਾਟਰਫਾਲ ਸਭ ਤੋਂ ਉੱਤੇ ਵਾਲੇ ਚੱਲੇ ਹਾਂ ਅਸੀਂ ਬੜਾ ਮਜ਼ੇਦਾਰ ਸੀਨ ਥਕਾਵਟ ਭਰਾ ਸੀਨ ਮਜ਼ੇਦਾਰ ਲੋਕ ਆ ਰਹੇ ਨੇ ਅਸੀਂ ਜਾ ਰਹੇ ਹਾਂ ਜਾ ਕੇ ਪਤਾ ਲੱਗੇਗਾ ਹੁਣ ਤਾਂ ਹੈ ਕੀ ਸੌਦਾ ਉੱਤੇ ਵੀ ਪਹੁੰਚ ਗਏ ਹਾਂ ਨੀਲ ਗੰਗਾ ओके एयरपोर्ट चेक करो जी यह छोटा खतरनाक खतरनाक अगे है पूरा जी चाह पियो नील गंगा दी मेरे वीर नहा रहे ओके रिवॉर्ड चिल मार देने जी मुंडे अभी बेरे चाह पीती जा रही है खतरनाक है जी ਕਾਕਾ ਜੀ ਚਲੀਏ ਐਵੇਂ ਨਹੀਂ ਕਰੀਦਾ ਹੁੰਦਾ ਲੈ ਵੀ ਅੰਕਲ ਨੂੰ ਦੇ ਕੇ ਪੈਸੇ ਚਲੀਏ ਵਾਪਸ ਕਿੰਨੇ ਹੋ ਗਏ ਅੰਕਲ ਅਭੀ ਜਾਣ ਲੱਗੇ ਨੇ ਵਾਪਸੀ ਮੁੰਡੇ ਓਕੇ ਰਿਪੋਰਟ ਆ ਜੀ ਇਸ ਤੋਂ ਬਾਅਦ ਹੋਟਲ ਦਾ ਮਾਰ ਲਿਆ ਜੀ ਹੋਟਲ ਦਾ ਮਾਰ ਲਿਆ ਕਰਨਾ ਗੱਲਾਂ ਬਾਤਾਂ ਇਸ ਤੋਂ ਬਾਅਦ ਜਾਣਾ ਆਪਾਂ ਮੰਦਿਰ ਚ ਮੰਦਿਰ ਮੈਂ ਜਾਣਾ ਉਸ ਤੋਂ ਬਾਅਦ ਰੈਸਟ ਕਰੇਗੇ ਆ ਦੇਖਦੇ ਹਾਂ ਉਸ ਤੋਂ ਬਾਅਦ ਕੀ ਕਰਨਾ ਦੇਖਦੇ ਹਾਂ ਓਹੋ ਪੰਜੇ ਆ ਦੇਖੋ ਜੀ ਬਹੁਤ ਥੱਲੇ ਜਾਣਾ ਹੈ ਤੇ ਥੱਲੇ ਪਹੁੰਚ ਕੇ ਕਰਨਾ ਹੁਣ ਦੁਬਾਰਾ ਗੱਲਬਾਤ ਕਿਉਂਕਿ ਡਿੱਗ ਆਹ ਨਾ ਵਿਆਹ ਪਿਆਰ ਨਾ ਲਾਓ
ਚੱਲ ਬੈਠ ਬੈਠ ਐਵੇਂ ਵਜਣਾ ਸੀ ਇਹਨੇ ਬੈਠ 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 ਚਲੋ ਆਰਾਮ ਨਾਲ ਆਓ ਆਰਾਮ ਨਾਲ ਚਲ ਠੀਕ ਹੈ ਜੀ ਬਾਅਦ ਚ ਕਰਦੇ ਆ ਹੋਰ ਝਰਨਾ ਥੱਲੇ ਜਾ ਰਹੇ ਨੇ ਮੁੰਡੇ ਛੋਟਾ ਛੋਟ ਵੀਰ ਦਾ ਪੈਰ ਫਸਿਆ ਅਟੈਚਮੈਂਟ ਹੋ ਗਈ ਵੀਰ ਨਾਲ ਪੁਰਾਣੀ ਪੁਰਾਣੀ ਗੱਲਬਾਤ ਹੈ ਵੀਰ ਨਾਲ ਇਹ ਵੀਰ ਜਾ ਰਹੇ ਨੇ ਉੱਤੇ ਅਸੀਂ ਥੱਲੇ ਆ ਰਹੇ ਹਾਂ ਭਾਜੀ ਵਾਹ ਜੀ ਵਾਹ ਵਾਹ ਜੀ ਵਾਹ ਓਕੇ ਰਿਪੋਰਟ ਆ ਵੀਰੇ ਓਕੇ ਜੈ ਸ਼੍ਰੀ ਸ਼ੰਕਰ ਓਕੇ ਜੀ ਯੋਗੀ ਦਾ ਨਾਮ ਆ ਗਿਆ ਮੈਂ ਤਾਂ ਡਿੱਗਣਾ ਹੀ ਸੀ ਥੱਲੇ ਜਾ ਰਹੇ ਹਾਂ ਜੀ ਓਕੇ ਰਿਪੋਰਟ ਹੈ ਇੱਕ ਹੋਰ ਝਰਨਾ ਬੰਦੇ ਥੱਕ ਗਏ ਨੇ ਸਾਡੇ ਨਹਾ ਨਹਾ ਕੇ ਉਹ ਜਾਣਾ ਜੀ ਥੱਲੇ ਜੀ ਉਹ ਉੱਥੇ ਦੇਖੋ ਜੀ ਵਿਊ ਦੇਖੋ ਜੀ ਕਾਕਾ ਜੀ ਖਤਰਨਾਕ ਵਿਊ ਜਾ ਰਹੇ ਹਾਂ ਜੀ ਹੁਣ ਅਸੀਂ ਤ੍ਰਿਅੰਬਕੇਸ਼ਵਰ ਮੰਦਿਰ ਭੋਲੇਨਾਥ ਦੇ ਮੰਦਿਰ ਬਾਕੀ ਜਾ ਕੇ ਦਿਖਾਵਾਂਗੇ ਕਿੱਦਾਂ ਦਾ ਮੰਦਿਰ ਆ ਓਕੇ ਇਹ ਬਾਜ਼ਾਰ ਹੈ ਜੀ ਰਿਸ਼ੀਕੇਸ਼ ਦਾ ਬਾਜ਼ਾਰ ਹੈ ਹਾਂ ਪਹੁੰਚ ਤੋਂ ਗਏ ਲੇਕਿਨ ਆਪਾਂ ਆਰਤੀ ਆਰਤੀ ਦੇਖਣ ਨੂੰ ਮਿਲੇਗੀ ਤ੍ਰਿਅੰਬਕੇਸ਼ਵਰ ਮੰਦਿਰ ਕਿਉਂਕਿ ਮੰਦਿਰ ਇਸ ਟਾਈਮ ਬੰਦ ਹੋ ਜਾਂਦਾ ਹੈ ਆਰਤੀ ਕਰੇਂਗੇ ਆਰਤੀ ਦੇਖੇਂਗੇ ਆਪ ਆਰਤੀ ਦਸ ਮਿੰਟ ਬਾਅਦ ਆਰਤੀ ਸ਼ੁਰੂ ਹੋ ਆਰਤੀ ਦਿਖਾਏਂਗੇ ਥੋੜ੍ਹੀ ਬਹੁਤ ਆਪਕੋ ਜੇ ਇੱਧਰ ਆਏ ਹੋਏ ਹਾਂ ਫੋਰਨਰ ਟੀਕੇ ਲਗਾਏ ਹੋਏ ਟੀਕੇ ਲਗਾ ਰੱਖੇ ਹਨ ਉਹਨੇ ਬਹੁਤ ਹੀ ਬੜੀਆ 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 ਹੈ ਜੀ ਫੋਰਨਰ ਹਮਾਰੇ ਦੇਖਣੇ ਆਏ ਹੋਏ ਔਰਗੈਨਿਕਲੀ ਔਰਗੈਨਿਕਲੀ ਹੋ ਰਹਾ ਹੈ ਜੋ ਵੀ ਹੋ ਰਹਾ ਜਾ ਰਹੇ ਹਾਂ ਦਸ ਮਿੰਟ ਬਾਅਦ ਆਰਤੀ ਸ਼ੁਰੂ ਫਿਰ ਆਰਤੀ ਦਿਖਾਏਂਗੇ ਆਪਕੋ ਹਾਂਜੀ ਭਾਈ ਲੋ ਆਰਤੀ ਦੇਖੇਂਗੇ ਆਰਤੀ ਮੈਮ ਹੈਲੋ ਨਾਈਸ ਪੋਜ਼ ਰਹਿਣੇ ਜੀ ਇੱਧਰ ਰੀਲ ਚੈੱਕ ਕਰੋ ਇਹ ਆ ਗੰਦਾ ਪਿਛਲੀ ਵਾਰ ਆਇਆ ਭਾਜੀ ਮੈਂ ਦਿਨਾਂ ਸਵਾਦ ਫੁੱਦੂ ਨਾ ਬਣਾਇਆ ਐਤ ਕਿਤੋਂ ਨੀ ਪੀਣੀ ਸਵਾਦ ਕੋਣੀ ਸੀ ਘੰਟੇ ਬਾਅਦ ਸ਼ਿਕੰਜਵੀ ਆਈ ਤੇ ਉਹ ਪੀਣ ਲੱਗ ਗਿਆ ਮੁੱਕ ਵੀ ਗਈ ਜਾ ਵੀ ਲੈ ਆਓ ਦੋ ਘੰਟੇ ਠੀਕ ਹੈ ਬਹਿੰਦੇ ਹਾਂ ਬਾਕੀ ਕਿਵੇਂ ਦੀ ਹੈ ਲੱਗ ਜਾਏਗਾ ਪਤਾ ਹੁਣ ਲਓ ਜੀ ਭਰਾਓ ਆ ਗਏ ਹਾਂ ਨੀਲ ਗੰਗਾ ਸੇ ਵਾਪਿਸ ਅਬ ਗੁੰਮ ਰਿਹਾ ਕਿੱਥੇ ਆਏ ਆਪਾਂ ਹੁਣ ਜਾਨਕੀ ਚੁੱਲਾ ਜੀ ਵਿਖਾਵਾਂਗੇ ਜਾਨਕੀ ਚੁੱਲਾ ਵੇਖ ਰਹੇ ਹਾਂ ਇੱਧਰ ਗੰਗਾ ਜਾ ਰਹੀ ਹੈ ਜੀ ਬਹੁਤ ਵਧੀਆ ਵਿਊ ਬਾਈ ਇਹ ਨਹੀਂ ਪਤਾ ਕਿੱਥੇ ਜਾ ਰਹੀ ਹੈ ਖਤਰਨਾਕ ਮੌਸਮ ਹੋਇਆ ਠੰਡਾ ਤੇ ਬੰਦੇ ਸਾਡੇ ਗਰਮ ਹੋਏ ਨੇ ਮੌਸਮ ਠੰਡਾ ਹੈ ਬਸ ਬੰਦੇ ਗਰਮ ਨੇ ਸਾਡੇ ਇਹ ਰੋਟੀ ਖਾਂਦੇ ਨੇ ਜੀ ਸਵਾਦੀ ਹੁੰਦਾ ਇਹ ਲਿਆਓ ਇੱਕ ਹੀ ਸ਼ਾਇਦ ਭਗਤਾਂ ਨੂੰ ਭਗਤਾਂ ਨੂੰ ਪੈਂਦੀ ਹੈ ਰੋਕ ਲੈ ਇਹਨਾਂ ਨੂੰ ਕਾਗਜ਼ ਚੈੱਕ ਕਰਵਾ ਭਾਈ ਕਾਗਜ਼ ਚੈੱਕ ਕਰਵਾ ਦੇ ਗੱਡੀ ਦਾ ਕਾਗਜ਼ ਚੈੱਕ ਕਰਾ ਦੇ ਭਾਈ ਰੋਕ ਲਿਓ ਓਏ ਭਾਜੀ ਸਵਾਦ ਲੈ ਰਿਹਾ ਭਾਈ ਸੁਣਾ ਉਹ ਐਵੇਂ ਕਰ ਲੈ ਮਿੱਤਰਾਂ ਦੀ ਜਲਦੀ ਲਾ ਵੀ ਭਾਜੀ ਦਾ ਆ ਰਿਹਾ ਸਕੈਨਰ ਜਿੰਨੇ ਖਾਣੀ ਹੋਏ ਤੇ ਸਕੈਨ ਕਰ ਦਿਓ ਤੇ ਭਾਜੀ ਡਿਲੀਵਰੀ ਕਰ ਦੇਣਗੇ ਵੀ ਥੋੜਾ
ਜ਼ਰੂਰਤਮੰਦ ਹੁੰਦੇ ਨਾ ਬਿਲਕੁਲ ਜੀ ਬਿਲਕੁਲ ਚਟਪਟੀ ਨੋਟ ਚਟਪਟੀ ਜੀ ਨਾ ਜ਼ਿਆਦਾ ਮਰਚੀ ਨਾ ਡਾਲਿਓ ਮਾਰੀ ਮਰਚੀ ਖਾ ਲੈਦੇ ਹੋ ਹਾਂ ਹਾਂ ਕਮ ਜ਼ਿਆਦਾ ਨਹੀਂ ਨੋਰਮਲ ਹਾਂ ਨੋਰਮਲ ਹਾਂ ਮਤਲਬ ਮਜ਼ਾ ਆਏ ਵੀ ਫਲੇਵਰ ਆਏ ਬਸ ਬਾਈ ਹਰੀ ਮਿਰਚ ਕਾ ਬਾਈ ਉਹ ਵੀ ਐਸੇ ਆ ਖਾ ਕੋਈ ਤੇ ਜਮਾਉਂਦੇ ਹੈ ਨਾ ਵੀ ਪਹਿਲੇ ਬੜੀ ਖਾਂਦੇ ਨੇ ਓਕੇ ਜੀ ਆਹ ਕੋਈ ਕੋਈ ਕੰਠ ਹੋਣਾ ਚਾਰੇ ਆ ਵੇਖੋ ਜੀ ਇੱਧਰ ਵਿਊ ਦੇਖੋ ਜੀ ਵਿਊ ਓਕੇ ਜੀ ਵਿਊ ਸਾਰਾ ਮੌਸਮ ਹੋ ਗਿਆ ਚੇਂਜ ਠੰਡਾ ਮੌਸਮ ਹੈ ਜੀ ਅਤੇ ਬੰਦੇ ਗਰਮ ਨੇ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਬੰਦੇ ਬਾਲੇ ਹੀ ਗਰਮ ਹੋਏ ਪਏ ਆ ਅਤੇ ਇੱਧਰ ਜਿਵੇਂ ਹੀ ਅਸੀਂ ਰੋਕੇ ਆ ਹੋਰ ਭਰਾ ਵੀ ਰੋਕੇ ਨੇ ਮੁਰਾਦਾਬਾਦ ਲੈ ਰਹੇ ਨੇ ਅੱਛਾ ਵੇਖਣੇ ਤਾਂ ਵਧੀਆ ਲੱਗਦੀ ਵੀ ਬਾਕੀ ਖਾ ਕੇ ਪਤਾ ਲੱਗੇਗਾ ਸ਼ਾਦੀ ਹੈ ਸ਼ਾਦੀ ਹੈ ਹਾਂਜੀ ਮੁਨੀਤ ਜੀ ਸੁਣਾਓ ਕੋਈ ਗੱਲਬਾਤ ਹੋਣਾ ਚਾਹੀਦਾ ਭਾਈਚਾਰਾ ਦੇ ਕਿਆ ਲੈ ਜਾਏਗੇ ਸਾਥ ਭਾਈ ਪੰਜ ਬੰਦੇ ਐਵੇਂ ਲੱਗ ਰਿਹਾ ਨਾ ਵੀ ਬਾਹਰਲੇ ਦੇਸ਼ਾਂ ਫੀਲਿੰਗ ਲੈ ਲਓ ਫਿਰ ਬਾਹਰ ਤਾਂ ਜਾਣਾ ਨਹੀਂ ਆਪਾਂ ਜਾਣਾ ਜੀ ਬਾਹਰ ਜਾਵਾਂਗੇ ਬਾਹਰ ਵਿਖਾਵਾਂਗੇ ਵਲੋਗ ਬਣਾਉਣਾ ਸਾਰਿਆਂ ਨੂੰ ਨਿੱਕੀ ਕੰਮ ਕਰਦੇ ਹਾਂ ਅਸੀਂ ਇੱਥੇ ਨਿੱਕੀ ਖਾਣੇ ਪੀਂਦੇ ਹਾਂ ਸਾਰੀ ਚੀਜ਼ ਵਿਖਾਵਾਂਗੇ ਆਪਾਂ ਜਿਵੇਂ ਇੱਥੇ ਲੱਗੇ ਹਾਂ ਬਾਕੀ ਕਰਨੇ ਟਾਈਮ ਬਸ ਪਏ ਆ ਜਿਹੜਾ ਵੇਖ ਲੇਗਾ ਭਰਾ ਵਧੀਆ ਨਾ ਵੇਖੇਗਾ ਤੇਰੇ ਕਰਕੇ ਬਣਾਉਂਦਾ ਵਲੋਗ ਨੀ ਮੁੰਡਾ ਤੇਰੇ ਕਰਕੇ ਨੀ ਵਲੋਗ ਤੇਰੇ ਕਰਕੇ ਹੈ ਬਾਈ ਹਾਂਜੀ ਲੈਟਾ ਓਕੇ ਰਿਪੋਰਟ ਆ ਮੇਰਾ ਵੀਰ ਨਿੱਕਰ ਸ਼ਿਕਰ ਜੇ ਘੁੰਮਿਆ ਜਾ ਰਿਹਾ ਰਿਲੈਕਸ ਮੂਡ ਰਿਲੈਕਸ ਮੂਡ ਲਾਈਟਾਂ ਚੱਲ ਰਹੀਆਂ ਨੇ ਵੇਖੋ ਜੀ ਰੌਣਕ ਸ਼ੌਣਕ ਫੁੱਲ ਹੈ ਰੌਣਕ ਸ਼ੌਣਕ ਚੰਗਾ ਜੀ ਨਮਕੀਨ ਖਾ ਲਈਏ ਫਿਰ ਦੁਬਾਰਾ ਜਾਣ ਕੇ ਝੂਲਾ ਵੇਖਣ ਚੱਲੇ ਹਾਂ ਅਤੇ ਉੱਥੇ ਜਾ ਕੇ ਫਿਰ ਮਾੜੀ ਜਿਹੀ ਬਣਾਵਾਂਗੇ ਵੀਡੀਓ ਵਾਡੀਓ ਜੀ ਕਰਨੇ ਗੱਲ ਦੁਬਾਰਾ ਇਹ ਹੈ ਜੀ ਜਾਣ ਕੇ ਝੂਲਾ ਜਾਨਕੀ ਝੂਲਾ ਹੈ ਬਾਕੀ ਅੱਗੇ ਜਾ ਕੇ ਦੇਖਦੇ ਹਾਂ ਜਾਨਕੀ ਝੂਲਾ ਰਾਮ ਝੂਲਾ 900 ਮੀਟਰ ਹੈ ਯਹਾਂ ਸੇ ਵਹਾਂ ਵੀ ਜਾਏਂਗੇ ਇਹ ਦੇਖਦੇ ਹਾਂ ਪਹਿਲੇ ਦਿਨ ਜ਼ਿਆਦਾ ਮੈਂ ਇੰਨਾ ਵਧੀਆ ਲੱਗਦਾ ਹੋਣਾ ਹੈ ਨਾ ਪਬਲਿਕ ਬਹੁਤ ਹੁੰਦੀ ਉਦੋਂ ਤੇ ਹਾਂ ਇਸ ਟਾਈਮ ਤਾਂ ਭੀੜ ਘੱਟ ਹੀ ਹੈ ਇਸ ਟਾਈਮ ਠੀਕ ਹੈ ਵਲੋਗਰਾਂ ਨੂੰ ਫਿਰ ਘੇਰ ਲੈਂਦੇ ਨੇ ਲੋਕੀ ਫੋਟੋ ਫੋਟੋ ਇਹ ਵੀ ਗੱਲ ਠੀਕ ਹੈ ਇੱਕਦਮ ਛਾਲ ਮਾਰਾਂ ਉੱਧਰ ਰੇਡੀ ਦੇ ਇਹ ਜਾ ਰਹੀਆਂ ਜੀ ਐਕਟਿਵਾ ਜਾ ਰਹੀਆਂ ਨੇ ਪਰਦੇ ਬੱਸੋਂ ਇੱਧਰ ਵਾਪਸੀ ਦਾ ਸਿਸਟਮ ਹੈ ਇਹ ਵਿੱਚ ਪੈਦਲ ਪੈਦਲ ਘੁੰਮਣ ਵਾਸਤੇ ਵੇ ਕਲਾਕਾਰੀ ਆ ਇਹ ਬਈ ਕਲਾਕਾਰੀ ਕਿੱਡੀ ਵਧੀਆ ਹਨੂੰਮਾਨ ਪਿਕਚਰ ਬਣਾਈ ਹੋਈ ਹੈ ਭਾਈ ਸਾਹਿਬ ਮਜ਼ੇਦਾਰ ਬਹੁਤ ਵਧੀਆ ਇਹ ਵੀ ਅੰਡਰਪਾਸ ਵਾਹ ਜੀ ਵਾਹ ਇਹ ਪਿੱਛੇ ਛੱਡ ਆਇਆ ਜੀ ਜਾਣ ਕੇ ਝੁੱਲਾ ਹੁਣ ਅੱਗੇ ਜਾ ਰਹੇ ਜਾ ਰਿਹਾ ਕਲਾਕਾਰੀਆਂ ਬਾਬਾ ਜੀ ਫਕੀਰ ਆਦਮੀ ਕਈ ਬੁੱਧੂ ਲੋਕ ਚਰਦਾ ਖਾ ਕੇ ਸੁੱਟ ਦਿੰਦੇ ਨੇ ਪਾਗਲ ਸਾਲੇ ਰਾਮ ਚੁੱਲੇ ਵੱਲ ਜਾਵਾਂਗੇ ਜੀ ਹੁਣ ਅਸੀਂ ਫਿਰ ਵਿਖਾਵਾਂਗੇ ਲਓ ਜੀ ਆਰਤੀਆਂ ਹੋਤੀ ਆ ਮੇਨ ਔਰ ਹਮਾਰੇ ਭੋਲੇਨਾਥ ਦੀ ਮੂਰਤੀ ਬਹੁਤ ਹੀ ਬੜੀਆ ਜੈ ਹੋ ਮੇਰੇ ਭੋਲੇਨਾਥ ਇਹ ਭਾਜੀ ਸਾਡੇ ਸਨੈਪਚੈਟ ਬਣਾ ਰਹੇ ਨੇ ਚਲੋ ਬੜੀਆ ਗੱਲ ਹੈ ਇਹ ਹੈ ਜੀ ਗੰਗਾ ਸਾਡੇ ਬੰਦੇ ਪੈ ਗਏ ਨੇ ਇੱਥੇ ਦਰਸ਼ਨ ਕਰ ਦਿੰਦੇ ਤਰੀਕੇ ਨਾਲ ਸ਼ੰਭੂ ਮਿੱਤਰੋ ਹੈ ਜੀ ਰਾਮ ਚੁੱਲਾ ਰਾਮ ਚੁੱਲਾ ਨਾ ਵੀਰੇ ਬੜੀ ਹੈ ਜੀ
ਜਾਣ ਕੇ ਝੁੱਲਾ ਹੁਣ ਵਿਖਾ ਲਿਆ ਆ ਤੁਹਾਨੂੰ ਇਹ ਹੈਗਾ ਜੀ ਰਾਮ ਚੁੱਲਾ ਲਖਣ ਚੁੱਲਾ ਬੰਦ ਇਹ ਹਿਲਦਾ ਵੀ ਹੈ ਜੀ ਥੋੜਾ ਥੋੜਾ ਹਨਾ ਮੈਨੂੰ ਇਹ ਕਰੋ ਫੋਨ ਤੇ ਲਾ ਸਬਸਕ੍ਰਾਈਬਰ ਨੂੰ ਫੀਲ ਹੋਏਗਾ ਹਾਂ ਲਖਣ ਚੁੱਲਾ ਬੰਦ ਇਹ ਵੇਖੋ ਜੀ ਹਿਲਦਾ ਵੇ ਹਨਾ ਵੇਖੋ ਜੀ ਇਹ ਹਿਲਦਾ ਫੀਲਿੰਗ ਪੂਰੀ ਆ ਰਹੀ ਕਰਦੇ ਨੇ ਸਾਡੇ ਦੱਸੋ ਬਿਲਕੁਲ ਜੀ ਲਾਟਾ ਜਾਗ ਰਹੀਆਂ ਨੇ ਮੇਰੇ ਵੀਰ ਜਾਗ ਰਹੀਆਂ ਨੇ ਬਹੁਤ ਅੱਛੀਆਂ ਲੱਗ ਰਹੀਆਂ बिलकुल हवा चलदी जी ठंडी रात नू रात नू आन दा फायदा इत्थे दिने कोई फायदा नहीं धुप बड़ी हुंदी जी इत्थे ਰਾਤੀ ਆਓ ਮਜ਼ੇ ਲਾਓ ਜ਼ਿੰਦਗੀ ਸਕੂਲ ਦੀ ਮੈਡਮ ਆਈ ਹਣ ਇੱਥੋਂ ਵੀਡੀਓ ਬਣਾਈ ਸੀ ਡਰਾਫਟਿੰਗ ਕਰ ਰਿਹਾ ਮੈਂ ਚਲੇ ਇੱਕ ਅੱਧੀ ਰੈਡ ਦੇ ਨਾਲੇ ਫੋਟੋ ਦੀ ਜਾਦੀ ਸਹੀ ਹੈ ਵਲੌਗ ਲੈ ਵੀ ਮੁੰਡੇ ਆਏ ਰੂਮ ਤੇ ਕਰਨ ਕੇ ਰੈਸਟ ਹਰਾਸਟ ਕਰਨ ਕੇ ਰੈਸਟ ਇਹ ਫੋਨ ਚਲਾ ਰਿਹਾ ਜੀ ਮੁੰਡਾ ਲੱਗਿਆ ਸੌਂ ਤਾਂ ਲੱਗਣੀਆਂ ਬਾਕੀ ਕੀ ਸਿਸਟਮ जय श्री राम जय श्री राम जय श्री राम जय श्री राम।